ਯਾਰ ਤੂੰ ਪ੍ਰੋਫੈਸ਼ਨਲ ਪਲੇਅਰ ਆ ਬਾਈ, ਮਾਰਾ ਯਾਰ ਪ੍ਰੋਫੈਸ਼ਨਲ ਨਹੀਂ, ਵਾਈਟ ਨੂੰ ਮਾਰੀ ਨਹੀਂ, ਔਰੇਂਜ ਮਾਰਨ ਲੱਗਾ ਹੋਇਆ। Hey, what is up guys, how are you all doing? I hope you're doing awesome because I'm sorry guys, I haven't been vlogging for a long time because I'm gonna tell you when I come home, and today's vlog is just for updating you guys what is going on with my life, so why I haven't been vlogging for a long time, so bear with me guys. And if you're wondering, it's dark. I'm starting today's vlog very late, so me and my friends are heading out to play pool, and I'm gonna bring you guys with me. And I wanted to make this vlog from a long time. This is just an update vlog for my channel, why I haven't been uploading and why I'm not gonna be uploading for a little while. Let's go, man. So we are waiting upon these two idiots. Do you know him? Say hi, friends. Yeah, that was him. Yeah, apa kaise si kadar hai? Apna offline gala hote hai. Kya si tano hi friends? Tera naa pa kaise hi friends? All right. We are in the pool play area. Kaise ho, bhai? Badiya. ਚੱਲ ਭਾਈ, ਫਸਟ ਸ਼ਾਟ ਬਹੁਤ ਵਧੀਆ। ਆ ਜਾਓ, ਗਲਤੀ ਨਾ ਹੋਇਆ। ਓਏ ਹੋਏ, ਮੇਰਾ ਫਾਉਲ ਹੋ ਗਿਆ। ਖਿੱਚ ਦਾ ਸਕ੍ਰੀਨਸ਼ੋਟ ਬਣਾ ਲਈ ਮੇਰੇ ਵਲੌਗ ਤੋਂ। ਆਏ ਕਰਦਾ ਸਾਰਿਆਂ ਨੂੰ। ਆਈ ਹੈਡ ਅ ਫਾਉਲ ਭਾਈ, ਆਪਣੀ ਸ਼ਕਲ ਦਿਖਾਈਓ, ਦੇਖ ਲਓ। ਇਹ ਇੱਦਾਂ ਕਹਿੰਦਾ ਸੀਗਾ, ਮੈਂ 2 ਮਹੀਨੇ ਤੋਂ ਪੂਲ ਨਹੀਂ ਖੇਡਿਆ, ਹੈ ਨਾ? ਕੀ ਮੈਂ ਤੈਨੂੰ ਸਿਖਾਉਂਗਾ ਵਲੌਗਿੰਗ ਬਾਈ, ਮੈਂ ਤੈਨੂੰ ਵੱਡਾ ਵਲੌਗਰ ਬਣਾਊਂਗਾ, ਠੀਕ ਹੈ? ਤੇਰਾ ਯੂਟਿਊਬ ਚੈਨਲ ਹੋਊਗਾ 1 ਮਿਲੀਅਨ ਸਬਸਕ੍ਰਾਈਬਰ ਹੋ ਗਏ ਤੇਰੇ। ਓਕੇ, ਵੈਰੀ ਗੁੱਡ ਫਾਉਲ। ਇੱਕ ਮਿੰਟ ਚਲੀ ਗਈ, ਮੈਨੂੰ ਲੱਗਿਆ ਤੁਹਾਡੀ ਚਲੀ ਗਈ। ਖੁਸ਼ ਰਹਿ, You see me now, I'm a professional player. Meri bari hai. Give me you guys. You guys have all my heads. Close, yeah, close. Mukul, chale ya. ਯਾਰ ਤੂੰ ਪ੍ਰੋਫੈਸ਼ਨਲ ਪਲੇਅਰ ਆ ਬਾਈ, ਮਾਰਾ ਯਾਰ ਵਾਈਟ ਨੂੰ ਮਾਰੀ ਨੀ, ਔਰੇਂਜ ਮਾਰਨ ਲੱਗਾ ਹੋਇਆ। ਔਰੇਂਜ ਮਾਰਤੀ ਫਾਉਲ ਹੈ। ਬਣਾ ਦੇ
ਕਲੀਅਰ ਆਪਾਂ ਤੈਨੂੰ ਪਤਾ ਨਹੀਂ ਹੈ ਓਏ ਤੈਨੂੰ ਪਤਾ ਨਹੀਂ ਮੈਂ ਓਲੰਪਿਕਸ ਤੇ ਖੇਡ ਕੇ ਆਇਆ ਓਕੇ ਹਾਂ ਪੂਲਾ ਪੋਲ ਓਲੰਪਿਕਸ ਖੇਡੀ ਦਾ ਇਸ ਜਸ ਵਿਨਿੰਗ ਓ ਮੈਨ ਕਾਕੇ ਤੂੰ ਕਹਿੰਦਾ ਮੈਂ 2 ਮਿੰਟ ਤੱਕ ਖੇਡੀ ਨਹੀਂ ਸਾਰੇ ਪਈਅਰ ਹੈ ਤਿੰਨ ਤੁੱਕੇ ਨਹੀਂ ਹੁੰਦੇ ਤਿੰਨ ਬੋਲਾਂ ਇਕੱਠੇ ਪਈਆਂ ਨੇ ਬੰਦ ਓ ਮੈਨ ਭਾਈ ਤੂੰ ਬਿੰਦਾਸ ਹੈ ਤੂੰ ਬਿੰਦਾਸ ਹੈ ਯਾਰ ਸਾਡੇ ਸਟੂਡੈਂਟ ਮੇਰੀ ਪਈ ਹੈ ਇੱਕ ਬੋਲ ਕਾਕੇ ਦੀ ਪਈ ਹੈ 4 ਬੋਲਾਂ ਨਿਤਿਨ ਦੀ ਪਈ ਹੈ 2 ਬੋਲਾਂ ਤੇਰੀ ਪਈ ਹੈ 2 ਬੋਲਾਂ 3 ਬੋਲਾਂ 4 ਤੇ 1 ਮੇਰੇ ਖਿਆਲ 5 ਮੈਂ ਪਾ ਚੁੱਕਾ ਵਾਂ 6 ਤੇ 7 ਮੁਕਲ ਦੇ ਪਈਆ 5 ਬੋਲਾਂ ਮੇਰੀ ਪਈਆ 1 ਬੋਲ ਇੱਦਾਂ ਦਾ ਕਿਹੜਾ ਕਰ ਲੈ ਤੂੰ ਹਾਂ ਮੇਜਾ ਹਰ ਕਿਵੇਂ ਟੈਡੀ ਪਾਣੀ ਥੱਲੇ ਤੇ ਹਾਂ ਬਾਈ ਇੱਦਾਂ ਬੰਦੇ ਦਾ I told you I'm a professional Olympic player, you know? Professional Olympic player. Camera front hai. Aapko Olympic. Koi na. Aapko haar ke kaisa laga bhaiya? Maza aaya? Dukh to laga par maza aaya. Even though I did not play man of the match because he went kitna bolte hain English mein nahi pata. She will aur nahi hai nahi. ਨਹੀਂ ਨਹੀਂ ਮਤਲਬ ਮੁਕੁਲ ਨੇ 6 ਬੋਲਾਂ ਪਾਈਆਂ 6-7-8 ਬੋਲਾਂ ਪਾਈਆਂ ਮੈਂ ਇੱਕ ਹੀ ਬੋਲ ਪਾਈ ਤਾਂ ਫਿਰ ਮੈਂ ਸੋ ਗਾਇਜ਼ ਆਮ ਗੋਇੰਗ ਟੂ ਸ਼ਟ ਆਫ ਵਲੌਗਿੰਗ ਬਿਕੋਜ਼ ਵੀ ਆਰ ਗੋਇੰਗ ਟੂ ਹੈਵ ਅਨਦਰ ਮੈਚ ਫੋਰ ਅ ਰੀਅਲ ਮੈਚ ਓਕੇ ਸੋ ਯਾ ਆਈ ਵਿਲ ਮੀਟ ਯੂ ਗਾਇਜ਼ ਆਫਟਰ ਵੀ ਆਰ ਡਨ ਓਵਰ ਹੇਅਰ ਸੋ ਬਾਏ ਬਾਏ ਸ਼ਕਲ ਮੈਂ ਆਈ ਸ਼ਕਲ ਮੈਂ ਆਈ ਸ਼ਕਲ ਨੀਲੀ ਤੋਂ ਚੱਲ ਫਟਾਫਟ ਨੀਲੀ ਤਪੀਲੀ ਨਹੀਂ ਬਣੀ ਨੀਲੀ ਤਪੀਲੀ ਤੋਂ ਕੀ ਹੋਇਆ ਤੂੰ ਕੀ ਕਰਦਾ ਚੱਲ ਨਹੀਂ ਮੈਂ ਕਰਦਾ ਮੈਂ ਵੈਸੇ ਬੋਲਦਾ ਉੱਤੇ ਠੀਕ ਹੈ ਨੀਲੀ ਤੱਪੀ ਨੀ ਤਪਕਾਲੀ ਤੱਪੀ ਅਬਈ ਨੀ ਤਪਕਾਲੀ ਤਪਕਾਲੀ ਤੱਪੀ ਨੀ ਤੱਪੀ ਤੁਹਾਨੂੰ ਦੱਸ ਰਿਹਾ ਇਹ ਮੰਤਰ ਹੈਗਾ ਨੀਲੀ ਤੋਂ ਪੀਲੀ ਤੋਂ ਕਾਲੀ ਤੋਂ ਇਸ ਮੰਤਰ ਤੋਂ ਕੋਈ ਕਿਸੇ ਬੰਦੇ ਦੀ ਬੋਲ ਨਹੀਂ ਪੈਂਦੀ ਮੈਂ ਗਰੰਟੀ ਦੇਣਾ ਤੁਹਾਨੂੰ ਆਪਾਂ ਸਾਰੇ ਦੀ ਜਿੱਤ ਰਹੇ ਨੀਲੀ ਤੋਂ ਪੀਲੀ ਤੋਂ ਕਾਲੀ ਤੋਂ ਯਾਰ ਦੇਖ ਲਿਆ ਨੀਲੀ ਤੋਂ ਕਾਲੀ ਤੋਂ ਪੀਲੀ ਤੋਂ ਬ੍ਰਦਰ ਲਵ ਯੂ ਨੋ ਮੈਂ ਆਪਕੋ ਮੰਤਰ ਪੜਾ ਕੇ ਸੁਣਾਤਾ ਹੂੰ ਜੋ ਹੈ ਨਾ ਨੀਲੀ ਤੋਂ ਕਾਲੀ ਤੋਂ ਪੀਲੀ ਤੋਂ ਨੀਲੀ ਤੋਂ ਕਾਲੀ ਤੋਂ ਨੀਲੀ ਤੋਂ ਪੀਲੀ ਨਿਤਿਨ ਓਏ ਨੀਲੀ ਤਾਂ ਕਾਲੀ ਤਾਂ ਪੀਲੀ ਨੀਲੀ ਤਾਂ ਮੈਂ ਤੈਨੂੰ ਦੱਸਿਆ ਨਾ ਹਾਂ ਇਹ ਮੰਤਰ ਹੈ ਨੀਲੀ ਤੋਂ ਪੀਲੀ ਤੋਂ ਪਾਲੀ ਤੋਂ ਇਹਦੇ ਵਿੱਚ ਨਾ ਕਿਸੇ ਦੀ ਵੀ ਬੋਲ ਨਹੀਂ ਜਾਂਦੀ ਕੁਛ ਵੀ ਕਰ ਲਓ ਤੁਹਾਨੂੰ ਦਿਖਾਇਆ ਆਪਾਂ ਲਾਈਵ ਐਕਸਪੈਰੀਮੈਂਟ ਸਭ ਤੋਂ ਬੈਸਟ ਪੂਲ ਮੈਚ ਹੈਗਾ ਸਾਡੇ ਪੂਰੀ ਲਾਈਫ ਦਾ ਨੀਲੀ ਤੋਂ ਪੀਲੀ ਤੋਂ ਕਾਲੀ ਤੋਂ ਆ ਗਿਆ ਨੀਲੀ ਤੋਂ ਪੀਲੀ ਤੋਂ ਕਾਲੀ ਤੋਂ ਬਾ ਓ ਓ ਜਿੱਤ ਗਿਆ ਆਪਾਂ ਜਿੱਤ ਗਏ ਓ ਚਿੱਟੀ ਗਈ ਚਿੱਟੀ ਗਈ ਚਿੱਟੀ ਗਈ ਓਏ 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 ਬੁਲਾ ਉਹਨੂੰ ਬੁਲਾ ਓਏ ਓਏ ਭਾਈ ਇੱਧਰ ਭਾਈ ਇਹ ਦੇਖੋ ਜਦ ਐਂਡ ਮੇ ਜੋ ਬਲੈਕ ਬਾਲ ਜਾਤੀ ਹੈ ਉਸ ਤੋਂ ਬਾਅਦ ਵਾਈਟ ਬਾਲ ਜੋ ਜਾਤੀ ਹੈ ਤਾਂ ਫੌਜ ਬਾਲ ਜਿੱਤ ਕਰਨ ਵਾਲਾ ਆ ਦੇਖ ਲੈ ਚੱਲ ਕੋਈ ਨਾ ਓਏ ਕੋਈ ਨਾ ਕੀ ਆਪਾਂ ਜਿੱਤੇ ਆ ਆਪਾਂ ਜਿੱਤੇ ਆ ਮੈਂ ਦੱਸਦਾ ਤੁਹਾਨੂੰ ਗਾਇਸ ਵੀ ਬਹੁਤ ਜਦ ਮੇਰੀ ਗੱਲ ਸੁਣ ਜਦ ਵਾਈਟ ਬੋਲ ਜਦ ਆਪਾਂ ਬਲੈਕ ਆਪਾਂ ਕੀ ਡਰਾ ਆਪਾਂ ਜਿੱਤੇ ਹੈ ਮੈਂ ਤੈਨੂੰ ਗੇਮ ਖਿਲਾ ਕੇ ਦਿਖਾ ਦਿੰਦਾ ਗਾਇਸ ਵੀ ਵਿਨ ਟੁਡੇ ਐਂਡ ਇਟ ਵਾਸ ਵੀ ਪਲੇਡ 2 ਮੈਚ ਐਂਡ ਵੀ ਵੌਨ 2 ਮੈਚ ਓ ਪਰ ਇੱਕ ਨਵਾਂ ਨੁਸਖਾ ਲੱਭ ਗਿਆ
मैं तुम दस दिली मंत्र है नीली तो पीली तो काली तो यह मंत्र बोलूंगा ना ताड़ी कदे भी पूल गेम तुसी हान लगे मैं आप लाइव एक्सपेरिमेंट दिखाया तुम अंदर गड्डी चेक करो मुको साइड हट हेलो साइड हट कहना हेलो इसका टाइटल रख देना नीली तो गड्डी दे लॉय चेक करो यार गोल्स अ गोल्स तेरी काली मुट्ठी ना कॉपी दे नीली तो काली तो पीली तो चलो ओए चार पे सारे ने कहना जोड़ दो नीली तो पीली तो काली तो एक दो तीन चार नीली तो पीली तो काली तो पीली तो वी आर इन आवर मेन प्लेस एमबीडी मॉल फॉर चिल आउट आज तो गाइस वी आर इन एमबीडी मॉल एंड आई एम गोना टेल यू गाइस टुडेस व्लॉग वाज द बेस्ट या केड़ा मंत्र सीगा अपना नीली तो पीली तो काली तो मैं तुम्हें कहना पाया 80% टाइम ये जरूर वर्क करूँगा नीली तो पीली तो काली तो जब भी पूल करो ना अपने फ्रेंड्स नाल ये शुरू हो जाओ करने क्योंकि वो बंदा डिस्ट्रैक्ट हो जाता है फिर बाद च कहता फिर गाला करता बाद चीज तुम की करते फिर बंद बेटा नहीं मॉल हम आप चले माड़ा चलो जा नहीं चलने अच्छा माड़ा मान बहुत चल रही यू ना लत्ता दुख दी बहुत ज़्यादा यार न्यू जनरेशन है ये बच्चे बोर होंगे पब्लिक प्लेस पता तुम सही गल तू मैनू ट्रोल करी जा यार देखो इन्हों कहते कमीने दोस्त सानू इतने खड़ा किया बाद च कहते स्टार्ट नहीं हो रहा बाइक अपर रुके मैं पता नहीं क्यों खप होगी वो देखो उधर खड़े आटी देखो उधर खड़े आ तो जिदा आप रुके ना मैं स्टार्ट नहीं हो रहा आप करिए कुछ इस निकल के चले गए कहते हो रहा स्टार्ट मैं ताड़ी सही सानू एवं रोक लिया सानू आपा उतर गए ना पंगा पीछे लगना नहीं चाहिए वी आर नाइट वॉकिंग छोटा शेर एदी गल करदा पैसे का बहुत बहुत क्यूट है बहुत बहुत क्यूट है छोटा हेलो करो फिर तेन उन्हें पानी का ओए होए तू दूध खा के हैं पी के हैं हेलो करो मालिक का लगा दे मालिक देखो ये बहुत सोना है मंत्र फिर तो बोलो ओए मंत्र फिर तो बोलो गुरुद्वारा नीली काली नीली पीली काली तो पीली तो नीली तो बस चलो ओ पागल नहीं जोड़ दिया यार कर रहा है लग दी तेरे हां ओ चल नहीं की पैसे लेने तू आ 10 रुपए से रोई जंदा 10 रुपए छाड़ चलो वो शॉर्ट चेक करके मिल गया Okay guys, now we are doing push-up challenge in middle of the road. नहीं push-up challenge कर रहे क्योंकि road चलती पई है रात दे 10:30 बजे है पर कुत्ता लेके मगलोड़गंज आए हो दिस ट्रोल ओके ते आपा रोड दे विच आपा हुन ओ करांगे की नाम है push-up challenge चलो फिर देखते हैं रुक जा गड्डी निकल रही है ना निकल लेने से नहीं नहीं रुक मैं वीडियो बनाना तो गोपी तू सबसे पहले हां देखी मैं और गोपी करते हैं देख दे कौन चलो चलो भाई यार गाड़ी सड़क चलती भी है सड़क चलती भी है ही तो बंगला सड़क रुक गया गड्डी चल रही है देयर इज वन ट्रक कमिंग लेट हिम पास देन वी आर गोना गो ऐसे तो पूरी रात चलता रहेगा नहीं नहीं भाई ए चौथी बार इन्होंने मुझे ट्रोल किया The road is clear. यार पागल हो गए सारे. Then we are gonna do a push-up challenge in the middle of the road. First you, चला. Let's go. चलो. तू फिर चल. मैं देख देख के नहीं मारूंगा. चल. Ready करता. ले 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 ले. On कर. देखिए मेरे को तो होने ही नहीं. भाई. यार गाड़ी तो नहीं आ रही कोई. आ रही भाई का. बस यार. नहीं होता यार. मैं तो यार मैं हूँ जिम नहीं लाया बहुत दिनों का था मैंने पावर कट गया कट गई ओए पागल जूम क्यों काक यार तू चूतिया पा ले ओए हूं ए चल चल मुकुल तो कर नाइस मुकुल डन
ਯਾਰ ਆ ਦੇਖ ਤੂੰ ਸਾਡੇ ਤੋਂ ਕਰਵਾ ਕੇ ਤੂੰ ਤੋਂ ਪਹਿਲਾਂ ਤੂੰ ਕਰਵਾ ਦਿੱਤੀ ਚਲੋ 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 ਮੈਂ ਨੀ ਕਿਹਾ ਮੈਂ ਕਿਹਾ ਮੈਂ ਨੀ ਕਰਨਾ ਤੁਸੀਂ ਗੱਲ ਓਏ ਯਾਰ ਕਾਕੇ ਦੇਖ ਲਓ ਤੇਰੇ ਕਰਕੇ ਮੈਂ ਕੀਤੇ ਹੁਣ ਤੂੰ ਵੀ ਕਰ ਰਿਹਾ ਦੋ ਕਰਦੇ ਯਾਰ ਇਹ ਦੇਖੋ ਇਹਨੂੰ ਬੋਲਦੇ ਸਭ ਤੋਂ ਵੱਧ ਫੂਡ ਆਪਾਂ ਕਰ ਲੈਣਾ ਬਸ ਬਹੁਤ ਵਧੀਆ ਇਹ ਨਾ ਇਹ ਫਨ ਐਕਟੀਵਿਟੀ ਵਿੱਚ ਹੱਥ ਨਹੀਂ ਪਾਉਂਦਾ ਨਾ ਮਜ਼ਾ ਆਇਆ ਖੱਪ ਹੋਈ ਨਹੀਂ ਮਜ਼ਾ ਇਹ ਚ ਕੀ ਆ ਤੁਹਾਨੂੰ ਟੋਫੀਆਂ ਦਿੱਤੀਆਂ ਵੀ ਆਰ ਡਨ ਵਿਦ ਆਰ ਲਿਟਲ ਚੈਲੰਜ ਪੁਸ਼ ਅਪ ਚੈਲੰਜ ਮੀ ਐਂਡ ਮੁਕੁਲ ਡਿਡ ਇਟ ਟੈਲ ਅਸ ਗਾਇਸ ਹੂ ਵੌਨ ਇਨ ਦਾ ਕਮੈਂਟ ਸੈਕਸ਼ਨ ਐਂਡ ਆਹ ਦੇਖੋ ਇਹ ਬੰਦੇ ਨੂੰ ਦੇਖ ਲਓ ਇਹ ਬੰਦੇ ਨੇ ਨਾ ਨਹੀਂ ਆਕੜ ਹੀ ਬਹੁਤ ਹੈ ਬੰਦੇ ਨਾ ਮਤਲਬ ਨਾ ਇਹਨੇ ਮੈਨੂੰ ਕਿਹਾ ਕਿ ਕਰੋ ਤੁਸੀਂ ਇਹਨੇ ਮੈਨੂੰ ਕਿਹਾ ਮੈਂ ਕੀਤੇ ਉਹ ਤੋਂ ਬਾਅਦ ਮੁਕੁਲ ਨੇ ਕੀਤੇ ਉਹ ਤੋਂ ਬਾਅਦ ਨਾ ਬੜੀ ਆਕੜ ਹੈ ਬੰਦੇ ਵਿੱਚ ਕਹਿੰਦਾ ਨਹੀਂ ਮੈਂ ਨਹੀਂ ਕਰਨਾ ਨਹੀਂ ਯਾਰ ਲੈਵਲ ਡਾਊਨ ਯਾਰ ਯਾਰ ਓਏ ਸਵੈਗ ਲੈਵਲ ਡਾਊਨ ਹੋ ਜਾਂਦਾ ਤੈਨੂੰ ਪਤਾ ਨਹੀਂ ਸਵੈਗ ਲੈਵਲ ਡਾਊਨ ਹੁੰਦਾ ਬੰਦੇ ਦਾ ਜੇ ਆਪਾਂ ਇੱਧਰ ਸੜਕ ਵਿੱਚ ਆਪਾਂ ਪੁਸ਼ਅਪ ਕਰੀਏ ਤਾਂ ਚਲੋ ਕੋਈ ਨਾ All I want to say is enjoy little moments. So, okay, we are going home back. Bye. Halepa, oh, nigga. All right, guys, we are back. And it was a fun day, guys. Not a day, but I started vlogging later today. Okay, guys, so now we are back. I'm going to tell you guys why I haven't been vlogging for a long time. And why I'm not going to vlog for a long time. Let me tell you guys. You know, I am 16 years old and I'm going to high schools and I'm at plus 2 class, that means I'm in 12th class, and this is a crucial class for every student in India. So that is why I have to stay focused on my studies. If I don't focus on my studies, I'm gonna fail, and I don't want me to fail this class. So yes guys, that is why I haven't been vlogging for a long time, and I'm not gonna vlog for a long time. You know, I will vlog in between, like when we go for our vacation, when we go for our school trips and you and stuff like that, I'm gonna be vlogging that. And yes, till the exams of this class is not over, I'm not gonna be vlogging daily, guys. And after the exams are over, I'm gonna be vlogging daily vlogs every day. It's gonna be me. You're gonna be seeing me, boy. Dab. Alright. But stay, guys. Don't go. I'm thinking to making other videos like Try Not To Laugh Challenge, pranking videos in Punjab, Jalandhar, India. I'm gonna be uploading some vlogs and uploading some videos in between when I'm not gonna be dealing vlogging. So please don't subscribe. Do not unsubscribe to me. Please subscribe, because I'm gonna be working hard on my studies and YouTube at the same time. So you guys, come with my journey. Okay? Alright. Guys, we are going to shoot Try Not To Laugh Challenge on Sunday, this coming Sunday. We're going to shoot it on Sunday and I'm gonna edit and upload it on Monday. I guess Monday or Tuesday I'm gonna upload that, I'm gonna public that. And you guys should follow me on Snapchat. I'm gonna tell you right now, every day I vlog on Snapchat, because Snapchat is a, you know, very portable way to vlog. You know what I'm saying, guys? So you should definitely add me on Snapchat. And I do have my Snapchat public, so you guys can send me messages, calls and all that, and I will add you back, guys. So you know, why not follow me on Snapchat and follow me on Instagram? Because these are the two social medias that I'm fully active on. I'm not gonna be active on YouTube, but I'm still gonna be active on Snapchat and Instagram. And yes guys, I'm going to edit my vlog now. It was nice seeing you guys. And if you made till the end, for me, if you made till the end of the vlog, give it a massive thumbs up, because I appreciate that. You're loyal. Alright? And
It's just a pimple. Like, leave a comment, follow me on Snapchat and follow me on Instagram. Links will be in the description, or I will put it somewhere over here or something like that. And yeah, guys, I will catch you guys on another video or another vlog. Live long, stay strong, guys. I love you guys. Bye bye. Ooh. Ooh.